ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਹੋਰ ਕੀ ਹਾਲ ਚਾਲ ਹੈ ਤੁਹਾਡਾ? ਲੋਕਡਾਊਨ ਦਾ ਟਾਈਮ ਚੱਲ ਰਿਹਾ ਤੇ ਇਸ ਟਾਈਮ 'ਚ ਕੁਛ ਅੱਛਾ ਖਾਣ ਦਾ ਮਨ ਕਰੇ ਤੇ ਮੈਗੀ ਤੋਂ ਵੱਧ ਕੇ ਕੀ ਹੋ ਸਕਦਾ? ਤੇ ਅਗਰ ਮੈਗੀ ਇੱਕ ਅੱਛੇ ਤਰੀਕੇ ਨਾਲ ਬਣਾਈ ਜਾਏ ਤੇ ਖਾਣ 'ਚ ਸਵਾਦ ਬਹੁਤ ਆਏਗਾ। ਤੇ ਚਲੋ ਆਪਾਂ ਕਰੀਮ ਮੈਗੀ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੜਾਹੀ ਗਰਮ ਕਰ ਲਾਂਗੇ ਤੇ ਇਸ ਦੇ ਵਿੱਚ ਆਪਾਂ ਇੱਕ ਕੱਪ ਦੁੱਧ ਪਾ ਲਾਂਗੇ। ਤੇ ਦੁੱਧ ਨੂੰ ਆਪਾਂ ਗਰਮ ਹੋਣ ਦੇਵਾਂਗੇ। ਹੋ ਰਿਹਾ ਤੇ ਆਪਾਂ ਇਸ ਤਰ੍ਹਾਂ ਦੀ ਚਾਰ ਚੀਜ਼ ਦੀ ਸਲਾਈਸਿਸ ਲੈ ਲਾਂਗੇ। ਅਮੂਲ ਦੀ ਆਉਂਦੀਆਂ ਨੇ, ਤੁਸੀਂ ਕੋਈ ਵੀ ਕੰਪਨੀ ਦੀ ਲੈ ਸਕਦੇ ਹੋ। ਤੇ ਆਪਾਂ ਇਹਨੂੰ ਇਹਦਾ ਰੈਪ ਹਟਾ ਕੇ ਇਹਨੂੰ ਇਹਦੇ 'ਚ ਪਾ ਦਾਂ। ਹੁਣ ਆਪਾਂ ਰੈਪ ਹਟਾ ਲਿਆ ਤੇ ਇਹ ਚਾਰੋਂ ਦੇ ਚਾਰੋਂ ਆਪਾਂ ਸਲਾਈਸਿਸ ਇਸ ਦੁੱਧ 'ਚ ਪਾ ਦਾਂਗੇ। ਇਹਨੂੰ ਆਪਾਂ ਹਲਕਾ ਹਲਕਾ ਘੁਮਾਵਾਂਗੇ ਗਰਮ ਗਰਮ ਦੁੱਧ 'ਚ, ਅਤੇ ਜਿਹੜੀ ਆ ਸਲਾਈਸਿਸ ਨੇ ਜਿਹੜੀ ਆਪ ਹੀ ਪਿਘਲ ਕੇ ਇਹਦੇ 'ਚ ਮਿਕਸ ਹੋ ਜਾਣਗੀਆਂ ਦੁੱਧ ਦੇ ਅੰਦਰ। ਦੇਖੋ ਤੁਸੀਂ, ਆਹ ਦੇਖੋ ਪਿਘਲਦੀ ਜਾ ਰਹੀ ਹੈ, ਥੋੜ੍ਹੀ ਦੇਰ 'ਚ ਇਹ ਦੁੱਧ 'ਚ ਬਿਲਕੁਲ ਮਿਕਸ ਹੋ ਜਾਏਗੀ ਆਰਾਮ ਨਾਲ। ਸਭ ਤੋਂ ਮੇਨ ਪ੍ਰੋਸੀਜਰ ਹੁੰਦਾ ਕਰੀਮ ਬਣਾਉਣਾ। ਅਗਰ ਤੁਹਾਡੀ ਵਾਈਟ ਕਰੀਮ ਅੱਛੀ ਬਣ ਗਈ ਹੈ ਤਾਂ ਤੁਹਾਡੀ ਜਿਹੜੀ ਪਾਸਤਾ ਹੋ ਗਈ, ਮੈਗੀ ਹੋ ਗਈ, ਬਹੁਤ ਜ਼ਿਆਦਾ ਟੇਸਟੀ ਬਣੇਗੀ। ਮੇਨ ਤੁਸੀਂ ਆਪਣੀ ਕਰੀਮ ਬਣਾਉਣ 'ਤੇ ਬਿਲਕੁਲ ਫੋਕਸ ਕਰਨਾ, ਧਿਆਨ ਨਾਲ ਬਣਾਉਣੀ ਬਿਲਕੁਲ। ਹੁਣ ਜਿਸ ਤਰ੍ਹਾਂ ਆਪਣਾ ਦੁੱਧ ਉੱਬਣ ਲੱਗ ਗਿਆ, ਤੁਸੀਂ ਕੀ ਕਰਨਾ, ਇੱਕ ਅਮੂਲ ਦੀ ਫਰੈਸ਼ ਕਰੀਮ ਲੈਣੀ ਹੈ ਜਾਂ ਤੁਸੀਂ ਘਰ ਬਣੀ ਆਪਣੀ ਮਲਾਈ ਵੀ ਲੈ ਸਕਦੇ ਹੋ ਅਤੇ ਉਹ ਇਹਦੇ 'ਚ ਪਾ ਦੇਣੀ ਹੈ। ਮੈਂ ਵਾਈਟ ਜਿਹੜੀ ਸੌਸ ਹੈ ਇਹ ਮੈਂ ਵਾਈਟ ਸੌਸ ਪਾਸਤਾ ਦੇ ਅੰਦਰ ਵੀ ਬਣਾਉਣੀ ਸਿਖਾਈ ਹੈ, ਤੁਸੀਂ ਉੱਥੋਂ ਵੀ ਜਾ ਕੇ ਦੇਖ ਸਕਦੇ ਹੋ ਕਿ ਵੀ ਮੈਂ ਸੇਮ ਇਹੀ ਪ੍ਰੋਸੀਜਰ ਹੈ ਮੇਰਾ ਵਾਈਟ ਸੌਸ ਬਣਾਉਣ ਦਾ। ਹੁਣ ਦੇਖੋ ਜੀ, ਕਰੀਮ ਪਾਉਣ ਤੋਂ ਬਾਅਦ ਆਪਣਾ ਗਾੜਾ ਆਉਣਾ ਸ਼ੁਰੂ ਹੋ ਗਿਆ। ਮੈਂ ਥੋੜ੍ਹੀ ਜਿਹੀ ਜ਼ਿਆਦਾ ਕਰੀਮ ਇਸ ਕਰਕੇ ਬਣਾਈ ਹੈ ਕਿਉਂਕਿ ਮੇਰਾ ਨਾ ਵਾਈਟ ਸੌਸ ਪਾਸਤਾ ਖਾਣ ਦਾ ਵੀ ਮਨ ਹੈ ਅਤੇ ਮੈਂ ਉਹ ਵੀ ਬਣਾ ਲਾਂਗਾ। ਅਤੇ ਤੁਸੀਂ ਡਿਸਕ੍ਰਿਪਸ਼ਨ ਬੋਕਸ 'ਤੇ ਵੇਖ ਸਕਦੇ ਹੋ ਕਿ ਮੈਂ ਵਾਈਟ ਸੌਸ ਪਾਸਤਾ ਕਿਸ ਤਰ੍ਹਾਂ ਬਣਾਇਆ, ਉਹ ਜਿਹੀ ਤੁਸੀਂ ਜਾ ਕੇ ਵੇਖ ਸਕਦੇ ਹੋ। ਅਤੇ ਹੁਣ ਆਪਾਂ ਸਭ ਤੋਂ ਲਾਸਟ ਕੰਮ ਕੀ ਕਰਨਾ, ਇਹਦੇ 'ਚ ਆਰਾ ਰੋਟਾ ਮੈਂ ਇੱਕ ਚਮਚ ਪਾਇਆ, ਪਾਣੀ 'ਚ ਘੋਲ ਲਿਆ ਠੰਡੇ ਪਾਣੀ 'ਚ ਅਤੇ ਮੈਂ ਇਹਦੇ 'ਚ ਪਾ ਦਾਂਗਾ। ਹੁਣ ਤੁਸੀਂ ਵੇਖਣਾ ਆ ਕਰੀਮ ਮੇਰੀ ਬਿਲਕੁਲ ਗਾੜੀ ਹੋ ਜਾਏਗੀ। ਅਤੇ ਹੁਣ ਆਪਾਂ ਇਹਦੇ 'ਚ ਕੀ ਕਰਨਾ, ਕਾਲੀ ਮਿਰਚ ਪਾਊਡਰ ਇਹ ਪਾ ਦੇਣਾ, ਇਹ ਅੱਧਾ ਚਮਚ ਲਿਆ ਮੈਂ ਕਾਲੀ ਮਿਰਚ ਪਾਊਡਰ। ਅਤੇ ਨਮਕ ਪਾਉਣ ਦੀ ਕੋਈ ਲੋੜ ਨਹੀਂ ਹੈ, ਜਦੋਂ ਵੀ ਤੁਸੀਂ ਕੋਈ ਡਿਸ਼ ਬਣਾਓ ਆਪਣੇ ਅਕੋਰਡਿੰਗ ਤੁਸੀਂ ਨਮਕ ਉਸ ਡਿਸ਼ 'ਚ ਪਾ ਲੈਣਾ। ਅਤੇ ਹੁਣ ਜਿਸ ਤਰ੍ਹਾਂ ਹੀ ਇਹ ਠੰਡੀ ਹੋ ਜਾਏਗੀ ਸਾਡੀ ਵਾਈਟ ਕਰੀਮ ਬਿਲਕੁਲ ਰੈਡੀ ਹੋ ਚੁੱਕੀ ਹੈ। ਦੇਖੋ ਕਿੰਨੀ ਗਾੜੀ ਹੈ, ਹੁਣ ਠੰਡੀ ਹੋਣ ਤੋਂ ਬਾਅਦ ਹੋਰ ਵੀ ਜ਼ਿਆਦਾ ਗਾੜੀ ਹੋ ਜਾਏਗੀ। ਇਹ ਆਪਣੀ ਕਰੀਮ ਦੇਖੋ ਕਿੰਨੀ ਗਾੜੀ ਹੈ, ਜਦੋਂ ਠੰਡੀ ਹੋਏਗੀ ਹੋਰ ਗਾੜੀ ਹੋ ਜਾਏਗੀ, ਉਸ ਵਕਤ ਤੱਕ ਅਸੀਂ ਮੈਗੀ ਤਿਆਰ ਕਰ ਲੈਂਦੇ ਹਾਂ। ਚਲੋ ਹੁਣ ਸਭ ਤੋਂ ਪਹਿਲਾਂ ਆਪਾਂ ਫਰਾਈ ਪੈਨ ਗਰਮ ਕਰਾਂਗੇ, ਨੋਨ ਸਟਿੱਕ ਹੀ ਹੈਗਾ। ਅਤੇ ਇਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ 50 ਗ੍ਰਾਮ ਕੇ ਅਮੂਲ ਬਟਰ ਪਾ ਦਾਂਗੇ। ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਿਆਜ, ਲੰਬੇ ਲੰਬੇ ਕੱਟੇ ਇੱਕ ਪਿਆਜ ਹੈ ਅਤੇ ਥੋੜ੍ਹੀ ਜਿਹੀ ਸ਼ਿਮਲਾ ਮਿਰਚਾਂ ਨੇ, ਅਤੇ ਆਪਾਂ ਇਹਨੂੰ ਹਲਕਾ ਜਿਹਾ ਸੋਤਾ ਕਰਾਂਗੇ। ਮੱਖਣ 'ਚ ਬਣਾਉਣਾ ਅਤੇ ਵੈਜੀਟੇਬਲ ਓਇਲ ਦਾ ਯੂਜ ਨਾ ਕਰਨਾ, ਆਪਾਂ ਇਹਨੂੰ ਹਲਕਾ ਹਲਕਾ ਸੋਤਾ ਕਰ ਲਾਂਗੇ। ਦੇਖੋ ਕਿੰਨੇ ਵਧੀਆ ਹੋ ਰਹੇ ਨੇ, ਖੁਸ਼ ਵੀ ਬਹੁਤ ਪਿਆਰੀ ਆ ਰਹੀ ਹੈ। ਅਤੇ ਆਪਾਂ ਬਣਾਉਂਦੇ ਬਣਾਉਂਦੇ ਇਹਦੇ 'ਚ ਆਪਾਂ ਪਾ ਦੇਣੀ ਹੈ ਔਰਗੈਨੋ, ਅੱਧਾ ਚਮਚ ਔਰਗੈਨੋ ਹੈ ਅਤੇ ਅੱਧਾ ਚਮਚ ਲਾਲ ਮਿਰਚ ਹੈ, ਅੱਧਾ ਚਮਚ ਜਿਹੜਾ ਨਮਕ ਹੈਗਾ।
हल्दी बिल्कुल भी नहीं मिलानी इस क्योंकि आप जो वाइट क्रीम बना रहे हैं वाइट क्रीम मैगी तो वो आप हल्दी पाने की कोई लोड़ नहीं होगी। देखो अपने तैयार हो गया तो आप करेंगे हम आप करेंगे आप कप पैदा इस अकॉर्डिंग में चार कप में पानी ले लाँगा पास पानी नू थोड़ा जा गर्म होने दवांगे उबलन दवांगे हल्का जा ठीक है एक हल्का जो उबाला आ जाए अंदर। हूँ देखो अपना पानी उबल गया जिस तरह पानी उबल जाए आप मैगी तोड़ के पा देनी इस तरह करके देखना थोड़ी देर से बिल्कुल ये सारी मैगी सेट हो जाएगी आस्ता आस्ता करके तोड़ देना तुसी जेड़ी मेरी पुरानी मैगी थी वीडियो सी एग मैगी उन्होंने भी बहुत प्यार दिता तो हुण तुसी इस वीडियो में भी प्यार देना इनू लाइक करना वीडियो नू नाल दी नाल ते शेयर कर देनी वीडियो दब के ते कमेंट जरूर पाने ने। हुण देखो मैगी दे ते सैट होने लग गई है तो आप की करना जेडे नाल दे नाल टेस्ट मेकर होंगे ने मैगी दे वो आप पा देने इहदे च हुण आपां इहनू मिक्स कर लेना ये जेड़ा मैगी का थोड़ा चूरा बचा होंदा मैं ये भी पा दिता नाल दी नाल। देखो अपनी मैगी पकनी स्टार्ट हो गई है चंगी तरह पका लेना मैगी से ज्यादा पानी नहीं पाना होता कि ज्यादा पानी पाओगे ना तो मैगी ज्यादा गल जाएगी तो ज्यादा गली हुई मैगी स्वाद नहीं लगती। फुल गैस गैस को बिल्कुल फुल करके रखना है लॉकडाउन का टाइम हैगा तो सारे बंदे घर कुछ ना कुछ बना के खा रहे अपनी जनानियां नू तो मैं आज अपनी वाइफ वास्ते मैगी बनाई है तो मेरे डैडी भी खाएंगे तो नाले मेरी वाइफ भी खाएगी नाले एक भी इंजॉय करेगा। देखो अपनी मैगी बिल्कुल अब तैयार हो गई है हुण देखो अपनी मैगी बिल्कुल तैयार हो चुकी है हुण आपां की करना जिहड़ी साडी क्रीम बनाई सी असीं ओह क्रीम इहदे च पा देनी है मैं कोली पाई है थोड़ी जी ज़्यादा नहीं पानी मैं क्रीम वैसे ज़्यादा बना ली सी कि मैं पास्ता भी बनाना है ना कल वाइट सॉस पास्ता तो वाइट सॉस पास्ता भी खाऊंगा मैं। हम तुम देखो साड़ी क्रीम मैगी बन के बिल्कुल तैयार है तो होर क्रीम पाने की कोई लोड़ नहीं है आप हम इनू सर्व करांगे। क्यों जी लगी पापा बहुत स्वाद बहुत स्वाद है पापा बहुत हाल आप पे खाएगा आप पे आप ये नहीं खाएंगे ना अच्छी लगी ना एकदम स्वादी लगी।
ਮਜ਼ਾ ਆ ਗਿਆ, ਖਾਣਾ ਟੇਸਟੀ ਨਹੀਂ ਬਣੀ, ਸਵਾਦੀ ਬਹੁਤ ਬਣੀ।